ਹਲਕਾ ਜਲਾਲਾਬਾਦ ਦੀ ਮੰਡੀ ਅੰਨੀਵਾਲਾ ਤੋਂ ਇਨੀ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੀ ਚਰਚਾ ਚਾਰੇ ਪਾਸੇ ਖੂਬ ਵੇਖਣ ਨੂੰ ਮਿਲ ਰਹੀ ਹੈ। ਗੱਲ ਕੀਤੀ ਜਾਵੇ ਇਸ ਵੀਡੀਓ ਬਾਰੇ ਤਾਂ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ ਜੋ ਕਿ ਆਪਣੀ ਕਾਰ ਦੇ ਪਿੱਛੇ ਅੱਧ ਨਗਨ ਮਾਡਲਾਂ ਦੀਆਂ ਤਸਵੀਰਾਂ ਲਗਾ ਕੇ ਸ਼ਾਇਰੋ ਸ਼ਾਇਰੀ ਲਿਖ ਕੇ ਅਤੇ ਨਾਲ ਕਮਿੰਗ ਸੂਨ ਸਰਪੰਚ ਲਿਖ ਕੇ ਇਲਾਕੇ ਦੇ ਵਿੱਚ ਗੇੜੀਆਂ ਮਾਰ ਰਿਹਾ ਹੈ। ਜਦੋਂ ਲੋਕਾਂ ਨੇ ਇਸ ਕਾਰ ਦੇ ਪਿੱਛੇ ਅੱਧ ਨਗਨ ਮਾਡਲਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਇਸ ਨੌਜਵਾਨ ਨੂੰ ਲੋਕਾਂ ਵੱਲੋਂ ਰੋਕਿਆ ਗਿਆ। ਇਸ ਵੀਡੀਓ ਵਿੱਚ ਇਹ ਨੌਜਵਾਨ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਉਹ ਰੂਬੀ ਗਿੱਲ ਦਾ ਭਰਾ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ ਇਹ ਪੂਰੀ ਵੀਡੀਓ। ਰੂਬੀ ਗਿੱਲ ਦਾ ਤੂੰ ਭਰਾ ਵਾ, ਉਹ ਕਹਿੰਦਾ ਨੰਗੀਆਂ ਫੋਟੋਆਂ ਲਾ। ਤੈਨੂੰ ਕਹਿੰਦਾ ਇੱਕ ਮਿੰਟ, ਮੈਂ ਤੈਨੂੰ ਗੱਲ ਕਹੀ ਨਾ, ਤੁਸੀਂ ਫੋਟੋ ਪੜਤੀ ਨਾ, ਗੱਲ ਨਹੀਂ ਪੜਤੀ। ਨਹੀਂ ਨਹੀਂ ਕੋਈ ਪੜ ਜੇ ਬੋਲੇ ਯਾਰ, ਜਿੰਨੇ ਕੋਈ ਇੱਕ ਮਿੰਟ ਬਾਈ ਮੇਰੀ ਗੱਲ ਸੁਣ ਯਾਰ। ਮੈਂ ਜਦੋਂ ਬਾਈ ਨੂੰ ਕਹਿਤਾ ਮਾਫੀ ਮੰਗ ਲਈ, ਗੱਲ ਖਤਮ ਹੋ ਗਈ। ਉਹ ਤਾਂ ਬਾਅਦ ਦੀ ਗੱਲ ਸੁਣਾ, ਮੈਂ ਤੈਨੂੰ ਇਹ ਗੱਲ ਕਹੀ ਹੈ ਜੇ ਐਸਐਚਓ ਆ ਗਿਆ ਨਾ ਗੱਲ ਉਹ ਕੀ ਕਹੂਗਾ। ਇੱਕ ਮਿੰਟ ਵੀਰੇ, ਐਸਐਚਓ ਦੀ ਗੱਲ ਕਰ ਰਿਹਾ ਹਾਂ, ਪੜਤੀ ਹਾਂ ਤੈਨੂੰ। ਓ ਯਾਰ ਜੈਟ ਸੌਣ ਗਿਆ, ਸਾਰਿਆਂ ਨੇ ਤੈਨੂੰ ਕਹਿਤਾ, ਤੇਰੇ ਭਰਾ ਪੈਰੀ ਪੈਰੀ ਹੱਥ ਲਾਦਾ। ਠੀਕ ਹੈ ਵੀਰੇ, ਮੈਂ ਵੀ ਸਾਰਿਆਂ ਨੇ ਕਹਿਤਾ, ਮੈਂ 50 ਕਿੱਲੇ ਦਾ ਮਾਲਕ ਆ, ਮੈਂ ਕੋਈ ਆਣੀ ਤੁਰਿਆ ਫਿਰਦਾ। ਕੋਈ ਗੱਲ ਤੁਰੇ ਦਾ ਕੋਈ ਵੀ ਨਹੀਂ ਹੈ। ਠੀਕ ਹੈ ਨਾ, ਇਹ ਗੱਲ ਕੀ ਆਉਂਦੀ 50 ਕਿੱਲੇ ਜਿੰਨਾ ਕੋਲੇ ਉਹ ਵੀ ਐਂ ਕਰਨ, ਉਹ ਵੀ ਐਂ ਕਰਨ ਜਿੰਨਾ ਕੋਲੇ 50 ਜਿੰਨਾ ਕੋਲੇ 50 ਕਿੱਲੇ ਸਾਰੇ ਲਾਉਣ। ਗੱਲ ਖਤਮ ਆ, ਗੱਲ ਖਤਮ ਹੋ ਗਈ ਨਾ, ਮੈਂ ਚਾਹੇ ਤੇ ਮੇਰਾ ਗੱਡੀ ਵੱਜੀ ਹੋਵੇ ਕੋਈ ਚਲਾਨ, ਕਿਸੇ ਨੂੰ ਮੈਂ ਧੀ ਤੂੰ ਕਹਿੰਦਾ ਧੀ ਭੈਣ ਦੀ ਗੱਲ, ਕੋਈ ਇੱਥੇ ਕੁੜੀ ਕਹਿ ਦੇ ਤੇ ਕੁੜੀਆਂ ਵੇਖੀ ਕੋਈ ਕਹਿ ਕੋਈ ਕਹਿ ਦੇ ਕੋਈ ਕਹਿ ਦੇ ਅਸੀਂ ਤੈਨੂੰ ਕੁਛ ਨਹੀਂ ਕਹੇ, ਕੋਈ ਕਹਿ ਤੂੰ ਕਦੇ ਕਹਿਣਾ ਮੈਂ ਰੂਬੀ ਗਿੱਲ ਦਾ ਭਰਾ। ਰੂਬੀ ਗਿੱਲ ਨੂੰ ਫੋਨ ਲਾਣਾ ਯਾਰ, ਇਹ ਰੂਬੀ ਰੂਬੀ ਗੱਲ ਅਸੀਂ ਕਰਕੇ ਤੈਨੂੰ ਰੂਬੀ ਗਿੱਲ ਕਹਿੰਦੇ ਫੋਟੋ ਲਾ, ਜਿਹੜਾ ਅਸੀਂ ਤਾਂ ਇਸ ਗੱਲ ਦਾ ਉੱਤਰ ਪੁੱਛਦੇ ਆਂ। ਕੰਦਲੇ ਸਰਪੰਚ ਵਾ ਯਾਰ, ਛੱਡ ਨਹੀਂ ਇੱਕ ਮਿੰਟ, ਕੰਦਲੇ ਵਾਲਾ ਸਰਪੰਚ ਕਹਿੰਦੇ ਫੋਟੋ ਲਾ ਬਾਈ। ਇੱਕ ਮਿੰਟ ਵੱਡੇ ਬਾਈ, ਇੱਕ ਮਿੰਟ ਦਾ ਜਿਆਦਾ ਗੱਲ ਨੂੰ ਮੈਂ ਲਾ ਲੈਣਾ ਫੋਨ। ਇੱਕ ਮਿੰਟ ਮੇਰੀ ਗੱਲ ਸੁਣ, ਵੱਡੇ ਬਾਈ ਛੱਡੋ, ਨਹੀਂ ਇੱਕ ਮਿੰਟ ਮੇਰੀ ਗੱਲ ਸੁਣ। ਇੱਕ ਬਾਈ ਤੂੰ ਵੀ ਪੜ੍ਹਿਆ ਲਿਖਿਆ ਬੰਦਾ ਨਾ, ਜਿਹੜਾ ਮੈਂ ਗੱਲ ਤੈਨੂੰ ਕਹਿਦਾ ਮਾਫੀ ਮੰਗ ਲਈ, ਗੱਲ ਖਤਮ ਹੋ ਗਈ ਨਾ, ਮਾਫੀ ਵਾਲ ਕੁਝ ਨਹੀਂ ਹੁੰਦਾ। ਠੀਕ ਹੈ ਨਾ, ਵੀਡੀਓ ਬਣਾ ਲਾ ਭਾਵੇਂ ਨੈਟ ਤੇ ਬਾਅਦ। ਹਾਲਾਂਕਿ ਇਸ ਨੌਜਵਾਨ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਪਾ ਕੇ ਦੱਸਿਆ ਹੈ ਕਿ ਉਹ ਨਸ਼ੇ ਦੇ ਵਿੱਚ ਸੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਅਮਰਿੰਦਰਪਾਲ ਸੰਧੂ, ਪਿੰਡ ਮੰਮੂਗੜ੍ਹ ਦਾ ਵਸਨੀਕ ਹਾਂ। ਕੱਲ ਈਵਨਿੰਗ ਟਾਈਮ ਮੇਰੀ ਅਰਨੀ ਵਾਲੇ ਵੀਡੀਓ ਵਾਇਰਲ ਹੋਈ ਆ, ਜਿੱਥੇ ਪੁਲਿਸ ਵਾਲੇ ਨਾਲ ਮੇਰੀ ਬਹਿਸਬਾਜ਼ੀ ਹੋਈ ਆ। ਬਹਿਸਬਾਜ਼ੀ ਦਾ ਕਾਰਨ ਸੀ ਮੇਰੀ ਗੱਡੀ ਦੇ ਪਿੱਛੇ ਅਵਿਊਜ਼ ਫੋਟੋ ਲੱਗੀ ਹੋਈ ਸੀ, ਜਿਹਦਾ ਅਰਨੀ ਵਾਲੇ ਦੇ ਲੋਕਾਂ ਨੇ ਉੱਥੋਂ ਲੋਕਾਂ ਨੇ ਇਤਰਾਜ਼ ਜਿਤਾਇਆ ਵਾ, ਜਿਹਦੇ ਵਿੱਚ ਮੈਂ ਬਾਈ ਰੂਬੀ ਗਿੱਲ ਦਾ ਨਾਂ ਯੂਜ਼ ਕੀਤਾ। ਮੈਂ ਉਸ ਇਨਸਾਨ ਨੂੰ ਫੇਸ ਟੂ ਫੇਸ ਨਹੀਂ ਜਾਣਦਾ ਅਤੇ ਨਾ ਹੀ ਉਹਦੇ ਫਾਦਰ ਸਾਹਿਬ ਨਾਲ ਕੋਈ ਮੇਰਾ ਰਾਬਤਾ ਵਾ। ਇਹ ਸਾਰੇ ਸਕੈਂਡਲ ਦੇ ਪਿੱਛੇ ਮੇਰੀ ਆਪਦੀ ਬਦਤਮੀਜ਼ੀ ਨਸ਼ਾ ਸੀ, ਜਿਹਦੇ ਕਾਰਨ ਬਾਈ ਰੂਬੀ ਦੀ ਛਵੀ ਨੂੰ ਠੇਸ ਪਹੁੰਚੀ ਹੈ। ਜਿਹੜੇ ਵੀ ਬਾਈ ਰੂਬੀ ਨੂੰ ਉਹਦੇ ਚਾਹੁਣ ਵਾਲੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਅਫਸੋਸ ਵਾ, ਅਤੇ ਮੈਂ ਕਿਸੇ ਦੇ ਕਹਿਣ 'ਤੇ ਉਹਦਾ ਨਾਂ ਯੂਜ਼ ਕਰ ਬੈਠਾ ਵਾਂ ਆਪਦੀ ਸੇਫਟੀ ਵਾਸਤੇ। ਬਾਕੀ ਮੈਂ ਸਾਰੇ ਨਗਰ ਤੋਂ, ਕੰਧਵਾਲਾ ਤੋਂ ਅਤੇ ਅਰਨੀਵਾਲਾ ਤੋਂ ਮਾਫੀ ਮੰਗਦਾ ਵਾਂ, ਮੇਰੇ ਤੋਂ ਛੋਟੀ ਉਮਰੇ ਗਲਤੀ ਹੋਈ ਹੈ, ਧੀਆਂ ਭੈਣਾਂ ਦੇ ਬਾਰੇ ਮੈਂ ਅਵਿਊਜ਼ ਬੋਲ ਗਿਆ ਵਾਂ। ਬਾਕੀ ਜਿਹੜੇ ਵੀ ਭਰਾ ਨੂੰ ਇਸ ਗੱਲ ਦਾ ਗੁੱਸਾ ਗਿਲਾ ਹੋਵੇ, ਮੈਂ ਉਹਨਾਂ ਸਾਰਿਆਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ। ਰੰਗਲਾ ਟੀਵੀ ਲਈ ਜਲਾਲਾਬਾਦ ਤੋਂ ਮੌਂਟੀ ਚੁੱਗ ਦੀ ਰਿਪੋਰਟ।